ਦਿਨਾਨਗਰ ਪੁਲਿਸ ਨੇ ਚੈਕਿੰਗ ਦੌਰਾਨ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਆਟੋ 'ਚ ਸਵਾਰ ਤਿੰਨ ਔਰਤਾਂ ਅਤੇ ਇੱਕ ਵਿਅਕਤੀ ਹਿਮਾਚਲ ਪ੍ਰਦੇਸ਼ ਦੇ 36 ਬਿੱਲ ਤੇ ਨਜਾਇਜ਼ ਸ਼ਰਾਬ ਦੇ ਭਰੇ 12 ਕੈਨ ਜਿਸ ਵਿੱਚ ਲਗਭਗ 600 ਬੋਤਲਾਂ ਸ਼ਰਾਬ ਲੈ ਕੇ ਆ ਰਹੇ ਸਨ ਅਤੇ ਲੋਹਗੜ੍ਹ ਬਾਈਪਾਸ ਤੇ ਲਗਾਏ ਨਾਕੇ ਦੌਰਾਨ ਇਹਨਾਂ ਨੂੰ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿੱਤਾ ਗਿਆ। ਹਾਈਵੇ ਤੇ ਸਾਡੀ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 36 ਮੀਟਰ ਦੇ ਵਿੱਚ ਕੁਛ ਲੋਕ ਦੇਸੀ ਨਜਾਇਜ਼ ਸ਼ਰਾਬ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਗੁਰਦਾਸਪੁਰ ਸਾਈਡ ਨੂੰ ਆ ਰਹੇ ਨੇ। ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਤੇ 36 ਬੰਦਿਆਂ ਨੂੰ ਰੋਕਿਆ ਜਿਹਦੇ ਵਿੱਚ 3 ਔਰਤਾਂ ਤੇ ਇੱਕ ਆਦਮੀ ਸਵਾਰ ਸੀ। ਉਹਨਾਂ ਕੋਲ 12 ਪਲਾਸਟਿਕ ਦੇ ਕੈਨ ਨਜਾਇਜ਼ ਦੇਸੀ ਸ਼ਰਾਬ ਦੇ ਭਰੇ ਹੋਏ ਸੀ। ਜਿਨ੍ਹਾਂ ਨੂੰ ਚੈੱਕ ਕੀਤਾ, ਮਿਲਤੀ ਵਗੈਰਾ ਕਰਨ ਤੇ ਉਹ 4,50,000 ਮਿਲੀਲੀਟਰ 600 ਦੇ ਕਰੀਬ ਬੋਤਲ ਜਿਹੜੀ ਹੈ ਸ਼ਰਾਬ ਉਹਨਾਂ ਕੋਲ ਨਜਾਇਜ਼ ਬਰਾਮਦ ਹੋਈ ਆ। ਜਿਹਦੇ ਸੰਬੰਧੀ ਅਸੀਂ ਬਾਨੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਹਨਾਂ 3 ਔਰਤਾਂ ਤੇ ਇੱਕ ਮਰਦ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ, ਜਿਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇ। ਦਿਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਚੈਨਲ 2।